सुर्खियों में रहे कांग्रेसी विधायक चीरा पर लगे आरोप। फिरोजपुर जिले के सरपंचों, पंचों, ब्लॉक समिति मेंबरों और जिला परिषद मेंबरों के शपथ ग्रहण समारोह के दौरान कांग्रेसी विधायक कुलबीर सिंह जीरा द्वारा मंच से वित्त मंत्री मनप्रीत बादल, विधायक परमिंदर सिंह, सत्कार कौर गैरी और जिला प्रशासन के समूह अधिकारियों की मौजूदगी में प्रशासनिक अधिकारियों पर गंभीर आरोप लगाए थे। कैप्टन अमरिंदर सिंह जी ने किया है जी कि नशा मुक्त पंजाब करना है, जिन्ना चेरे हो जिया कालिया भेडा साडे च ने, जेड़े अफसर पैसे ले लैके पुलिस अफसर पर्चे कैंसल करते ने, और मैं विखाउना आ देखो जिन्ना बंदिया ने मूंह च गोलियां वचियां, जिन्ना ने मारिया शराब के ठेकेदारा ने, उन्हां लोकां दा पर्चिया चो ना करता। तो इस करके मैं झूठी सहु नहीं खा सकता। मैं जेड़ी विधानसभा च सहु खाधी मैं जीरे वाले नहीं। तुसी बाइकार जेड़ा कीता हैगा वै चक सहु दा पुलिस मुलाजम पुलिस अधिकारियों के खिलाफ कीता? मैं पुलिस अधिकारियों के खिलाफ कीता है, आई जी के खिलाफ कीता है, जिन्ना चर यह कालिया भेडा एहो जे लोग जे सानू कहणगे नशा मुक्त होना है, कभी भी नशा मुक्त पंजाब नहीं हो सकता। वहीं शराब के ठेकेदार फरमान सिंह और सरपंच गुरप्रीत सिंह ने प्रेस कॉन्फ्रेंस कर विधायक चीरा पर उनको बदनाम करने के गंभीर आरोप लगाए हैं। मुद्दा है जी, जो परसों सरकारी समागम कुलबीर सिंह जीरे ने साडा नाम लैके साडे ते झूठियां कट्टियां होईयां एफ आई आर का हवाला दिता, हवाला दे के उन्होंने सानू बदनाम किया। असीं उहदा जवाब देण लई ये प्रेस कॉन्फ्रेंस की। उन्होंने एक गोली चलाई का भी फोटो दिखाई थी कि मूँह के गोली वजी और तुहाडे बंदे ते इल्जाम लाए सी कि साडे नाल उहदा कोई संबंध नहीं सी। ਉਹਦੀ ਵੀ ਤੁਹਾਨੂੰ ਮੈਂ ਵੀਡੀਓ ਦੱਸੂਗਾ। ਉਹਨੂੰ ਕੁਝ ਹੋਰ ਬਾਰੇ ਕਹਿ ਰਿਹਾ ਸੀ, ਮੈਨੂੰ ਉਹ ਵੀਡੀਓ ਦੀ ਰਿਕਾਰਡਿੰਗ ਆਈ ਹੈ ਕਿ ਜਿਸ ਬੰਦੇ ਦੇ ਮੂੰਹ 'ਚ ਗੋਲੀ ਵੱਜੀ ਹੈ, ਜਿਹੜੇ ਬੰਦੇ ਉਹਦੇ 'ਚ ਐਡ ਕੀਤੇ, ਉਹ ਕਹਿੰਦੇ ਸਾਡਾ ਤਾਂ ਇਸ ਗੱਲ ਨਾਲ ਸੰਬੰਧ ਹੀ ਕੋਈ ਨਹੀਂ, ਇਹ ਤਾਂ ਜੀਰਾ ਸਾਹਿਬ ਸਾਡੇ ਕੋਲ ਆਏ ਆ, ਉਹਨਾਂ ਨੇ ਸਾਥੋਂ ਦਸਤਖਤ ਕਰਵਾ ਕੇ ਲੈ ਗਏ, ਉਹਦੇ ਮੇਰੇ ਕੋਲ ਆਡੀਓ ਵੀ ਹੈਗੀ ਹੈ। ਨਹੀਂ ਤੁਹਾਡਾ ਪੁਰਾਣਾ ਇਹ ਰੋਲਾ ਕਿਉਂ ਚੱਲ ਰਿਹਾ, ਕਿਉਂਕਿ ਪਹਿਲੇ ਵੀ ਤੁਹਾਡੀ ਕੁਲਬੀਰ ਸਿੰਘ ਜੀਰਾ ਨਾਲ ਕਾਫੀ ਵਿਵਾਦ ਰਿਹਾ ਵਾ, ਤੁਸੀਂ ਠੇਕੇ ਵੀ ਆਪਦੇ ਸਾਰੇ ਬੰਦ ਕਰ ਦਿੱਤੇ ਸੀ, ਕੀ ਮਾਮਲਾ ਕੀ ਹੈਗਾ ਸਰ ਇਹ ਜਿਹੜਾ ਕੁਲਬੀਰ ਸਿੰਘ ਜੀਰਾ ਤੇ ਤੁਹਾਡਾ ਫਰਮਾਨ ਸਿੰਘ ਠੇਕੇਦਾਰ ਦੇ ਵਿੱਚ ਜਿਹੜਾ ਇਹ ਮਾਮਲਾ ਚੱਲ ਰਿਹਾ? ਮਾਮਲਾ ਪੈਸੇ ਲੈਣ ਦਾ ਜੀ, ਅਸੀਂ ਦਿੰਦੇ ਨਹੀਂ ਜੀ, ਪਿਛਲੇ ਸਾਲ ਦਿੱਤਾ ਸੀ, ਉਦੋਂ ਸਾਨੂੰ ਕਲਪਾਇਆ ਇਹਨੇ ਅਸੀਂ ਜਵਾਕਾਂ ਨੂੰ ਸੁਰੱਖਿਅਤ ਕਰਨ ਲਈ, ਇਹਦੇ ਤੋਂ ਅਸੀਂ ਪੈਸੇ ਨੂੰ 15 ਲੱਖ ਰੁਪਇਆ ਦਿੱਤਾ ਜੀ ਪਿਛਲੇ ਸਾਲ। ਹੁਣ 50 ਲੱਖ ਦੀ ਡਿਮਾਂਡ ਕਰਦਾ, ਕਿਉਂ 50 ਲੱਖ ਦੇ ਇੰਨਾ ਵੱਡਾ ਮਾਰਜਿਨ ਹੈ ਨਹੀਂ ਗਾ ਕਿ ਅਸੀਂ ਇਹਨੂੰ 50 ਲੱਖ ਦੇ ਕੇ ਆਪਦੇ ਜਵਾਕ ਪਾਲ ਸਕੀਏ। ਕੌਣ ਡਿਮਾਂਡ ਕਰ ਰਿਹਾ? ਕੁਲਬੀਰ ਸਿੰਘ ਜੀ ਨੇ ਮੇਰੇ 'ਤੇ ਹਮਲੇ ਕਰਵਾਏ ਆ, ਉਹਦੇ 'ਚੋਂ ਗੁਰਪ੍ਰੀਤ ਸੇਖੋਂ 'ਤੇ ਵੀ 2013 ਦੀ ਇੱਕ ਐਫ ਆਈ ਆਰ ਦਰਜ ਹੈ, 131 ਨੰਬਰ 2017 ਦੀ ਦਰਜ ਆ, ਉਹਦੇ 307 ਦਾ ਉਹ ਵੀ ਮੁਕੱਦਮਾ ਦਰਜ ਆ। ਦੋ ਤਿੰਨ ਦੇ ਇੱਕ ਰਾਊਟ ਪਵਾਈ ਸੀ ਮੇਰੇ ਘਰੇ ਵੀ, ਆ ਤੁਹਾਨੂੰ ਮੈਂ ਫੋਟੋ ਦਿਖਾਉਣਾ, ਉਹਨਾਂ ਦੀਆਂ ਰਾਤ ਦੇ ਵੇਲੇ ਦੀਆਂ ਵੀ ਆ, ਉਹਨਾਂ ਗੈਂਗਸਟਰ ਦੇ ਰਾਤ ਵੇਲੇ ਦੀਆਂ ਫੋਟੋ ਹੈ ਜੀ। ਵਿੱਕੀ ਕਾਊਂਟਰ ਦਾ ਨਾਮ ਵੀ ਤੁਸੀਂ ਲਿਆ ਸੀ? ਹਾਂਜੀ, ਵਿੱਕੀ ਕਾਊਂਟਰ ਦਾ ਨਾਲ ਹੀ ਵਿੱਕੀ ਕਾਊਂਟਰ ਮੇਰੇ ਕੋਲ ਪਿਛਲੇ ਸਾਲ ਫਿਰੋਜ਼ਪੁਰ ਆਇਆ ਸੀ, ਮੇਰੇ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਆਇਆ ਸੀ, ਅਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਹ ਮਿਲਦੇ ਮਗਰੇ ਹੀ ਪੁਲਿਸ ਆ ਗਈ, ਉੱਥੋਂ ਨਿਕਲਦਾ ਬਣ ਗਿਆ ਮੇਰਾ, ਉਸ ਕਰਕੇ ਮੇਰੀ ਜਾਨ ਜਿਹੜੀ ਸੀ ਉਦੋਂ ਸੁਰੱਖਿਅਤ ਹੋ ਗਈ। ਉਸ ਵੇਲੇ ਫਿਰ ਪੁਲਿਸ ਨੇ ਮੈਨੂੰ ਇੱਕ ਗਨਮੈਨ ਦਿੱਤਾ ਜੀ, 15 ਲੱਖ ਰੁਪਈਆ ਤਾਂ ਮੈਂ ਪਿਛਲੇ ਸਾਲ ਦਿੱਤਾ ਨਾ ਆਪਦੀ ਜਾਨ ਸੇਵਕ ਲਈ, ਆਪਦਾ ਕਾਰੋਬਾਰ ਚਲਾਉਣ ਲਈ। ਇਸ ਸਾਲ ਤਾਂ ਉਹਨੂੰ ਮੈਂ ਕਿਹਾ ਸੀ ਭਾਈ ਤੂੰ ਕਾਰੋਬਾਰ ਮੈਨੂੰ ਕਰਨ ਦੇ, ਠੀਕ ਆ, ਜਾਂ ਮੇਰੇ ਨਾਲ ਤੂੰ ਹਿੱਸੇਦਾਰੀ ਕਰਨਾ, ਵੀ ਪੈਸੇ ਇੰਨੇ ਬਚਦੇ ਨਹੀਂ। ਉਹ ਕਹਿੰਦਾ 50 ਲੱਖ ਲਾਊਂਗਾ ਨਹੀਂ, ਪਰਚਾ 'ਚ ਦੱਸੂਗਾ, ਅਤੇ ਉਹਨੇ ਰਿਜ਼ਲਟ ਕਰਕੇ ਵਿਖਾ ਕਿ ਤੁਸੀਂ ਇਹਨੇ ਕੰਪਲੇਂਟ ਕੀਤੀ ਪੁਲਿਸ? ਹਾਂਜੀ ਕੰਪਲੇਂਟ, ਉੱਥੇ ਜੀਰੇ ਹਲਕੇ 'ਚ ਕੋਈ ਸੁਣਵਾਈ ਨਹੀਂ। ਇੱਕ ਮੈਂ ਸਰਕਾਰ CBI ਤੋਂ ਜਾਂਚ ਕਰਵਾ ਲਈ, ਤੁਸੀਂ ਆਪਦੇ ਪੱਧਰ 'ਤੇ ਜਾ ਕੇ ਵੇਖ ਸਕਦੇ ਹੋ, ਆਪਦੇ ਪੱਧਰ 'ਤੇ ਜਾ ਕੇ ਵੇਖਦੇ ਹੋ ਕਿ ਇਹ ਗਿੰਨੀ PA ਇਹਦਾ, ਗਿੰਨੀ ਸੋਢੀ ਚੱਲ ਨਾ ਮਸ਼ਹੂਰ ਆ, ਇਹ 302 ਦੇ ਵਿੱਚ ਭਗੌੜਾ, 302 ਦੇ ਵਿੱਚ ਭਗੌੜਾ ਹੈ, 2013 ਦਾ ਮੁਕੱਦਮਾ ਹੈ, 156 ਨੰਬਰ City 2 ਮੋਗਾ, 2015 'ਚ ਉੱਥੋਂ ਦਾਤਰੀ ਨੂੰ ਭਗੌੜਾ ਐਲਾਨ ਕੀਤਾ, ਇਹਨੇ PA ਰੱਖਿਆ। ਜਿੰਨੀ ਕਰੈਕਸ਼ਨ ਕਰਦਾ ਹੈ ਨਸ਼ੇ ਦੀ, ਕਿਸੇ ਨੂੰ ਵੀ ਜਾ ਕੇ ਬੱਚੇ ਬੱਚੇ ਨੂੰ ਪੁੱਛ ਲਓ ਗਿੰਨੀ ਸੋਢੀ ਬਾਰੇ ਉਹਦੇ ਹਾਲਾਤ ਕੇ ਕੁਝ, ਉਹ ਸਾਰੀ ਕਲੈਕਸ਼ਨ ਕਰਕੇ ਜੀਰਾ ਸਾਹਿਬ ਨੂੰ ਦੇ। ਮੇਰਾ ਕੋਈ ਕੁਲਬੀਰ ਸਿੰਘ ਜੀਰਾ ਨਾਲ ਕੋਈ ਰੌਲਾ ਨਹੀਂ ਗਾ, ਇਹਨੇ ਕਿਹੜਾ ਸਾਡੇ 'ਤੇ ਰਾਤ TV 'ਤੇ ਚੱਲਿਆ, ਫੇਸਬੁੱਕ 'ਤੇ ਪਾਇਆ, ਮੇਰੇ 'ਤੇ ਬਹੁਤ ਵੱਡਾ ਇਹਨੇ ਝੂਠਾ ਇਲਜ਼ਾਮ ਲਾਇਆ ਵੀ ਜਿਹੜਾ IG ਨੇ ਇਹਨੂੰ ਸਰਪੰਚ ਬਣਾਇਆ। ਬਿਲਕੁਲ ਇਹ ਝੂਠ ਆ, ਜਿਹੜਾ ਸਰਪੰਚ ਆ ਮੈਨੂੰ ਪਿੰਡ ਨੇ ਬਣਾਇਆ, ਇਹਨੂੰ ਇਹ ਨਹੀਂ ਪਤਾ ਪਿੰਡ 'ਚ ਇਲੈਕਸ਼ਨ ਹੋਇਆ ਜਿਵੇਂ ਬਣੇ, ਸਮਸੰਮਤੀ ਨਾਲ ਬਣੇ, ਅਸੀਂ 3 ਜਾਣੇ ਰਹਿ ਗਏ ਸੀ, ਦੋਵਾਂ ਜਾਣਿਆਂ ਨੇ ਮੇਰੇ ਹੱਕ 'ਚ ਕਾਗਜ਼ ਵਾਪਸ ਲਏ ਆ, ਸੰਮਤੀ ਨਾਲ ਮੈਨੂੰ ਪਿੰਡ ਨੇ ਸਰਪੰਚ ਬਣਾਇਆ, ਜਿਹੜਾ ਮੈਂ 4ਵੀਂ ਵਾਰ ਪਿੰਡ ਦੀ ਹੁਣ ਸੇਵਾ ਕਰਨ ਜਾ ਰਿਹਾ। ਇਹਨੂੰ ਉੱਦਣ ਵੀ ਮੈਨੂੰ ਫੋਨ ਆਇਆ ਜਿੱਦਣ ਕਾਗਜ਼ ਦਾਖਲ ਕਰਾਉਣੇ ਗੈਂਗਸਟਰਾਂ ਵੱਲੋਂ ਵੀ ਤੂੰ ਕਾਗਜ਼ ਨਾ ਦਾਖਲ ਕਰ, ਉੱਦਣ ਮੈਂ ਅਫਸਰ ਸਾਹਿਬਾਨਾਂ ਨਾਲ ਗੱਲ ਕੀਤੀ ਆ, SHO ਤਲਵੰਡੀ ਭਾਈ ਨੇ ਮੇਰੇ ਨਾਲ ਜਾ ਕੇ ਕਾਗਜ਼ ਦਾਖਲ ਕਰਾਏ ਆ। ਇਹ ਹੁਣ ਮੈਨੂੰ ਹੁਣ ਪਤਾ ਲੱਗਦਾ ਜਿਹੜੀ ਇਹ ਕੁਲਬੀਰ ਸਿੰਘ ਜੀਰਾ ਇਹ ਗੈਂਗਸਟਰਾਂ ਨਾਲ ਰਲਿਆ ਹੋਇਆ, ਜਿਹੜੇ ਗੰਨਮੈਨਾਂ ਦੀ ਇਹ ਗੱਲ ਕਰਦਾ, ਗੰਨਮੈਨ ਮੈਨੂੰ ਹਾਈ ਕੋਰਟ ਵੱਲੋਂ 16 'ਚ ਮਿਲੇ ਹੋਏ ਆ, ਅਤੇ ਉਹਦੀ ਮੇਰੇ ਕੋਲ ਕਾਪੀ ਵੀ ਆ, DGP ਸਾਹਿਬ ਦੇ ਵੱਲੋਂ ਹੁਕਮ ਆ, IG ਸਾਹਿਬ ਨੇ ਮੈਨੂੰ ਕੋਈ ਗੰਨਮੈਨ ਨਹੀਂ ਦਿੱਤਾ, ਆਹ ਕੋਰਟ ਦੀ ਆ ਹਾਈ ਕੋਰਟ ਦੀ ਕਾਪੀ ਆ, ਆਹ ਜਿਹੜਾ DGP ਸਾਹਿਬ ਵੱਲੋਂ ਇਹ DGP ਸਾਹਿਬ ਵੱਲੋਂ ਹੁਕਮ ਹੋਏ ਆ। ਮੇਰਾ ਗੈਂਗਸਟਰਾਂ ਨੇ ਮੇਰੇ 'ਤੇ 4 ਹਮਲੇ ਕੀਤੇ ਸੀ,
एक बारी मेरी गड्डी दे गेट मूहरे 35 गोलियां मारियां जिहड़ियां मेरे दो वज्जियां होईयां। बस इस गल तो हुण इह घबराउंदा पुलिस सिर्फ मैं इसे करके जाना कोई भी गैंगस्टर का कोई भी आ मेरी ड्यूटी लाउंदे आ मैं नाल किते भी आ संजोग दिंदा भी जिहड़ा भी मैनूं सरकार ने गनमैन दित्ते हुए आ। हुण मैनूं इह लगदा भी जिहड़े गैंगस्टर कुलवीर सिंह जीरा ते दबाव पाउंदे भी इहदे गनमैन वापस ले जाण ते मेरे ते अटैक कराया जावे। मैं इको गल आ मेरे ते जदों भी हुण कोई मैनूं डर नहीं गा गनमैन चलो मेरे नाल अगे कहड़ा मैं गनमैना नाल रहा मेरे ते गन कोई भी अटैक होगा कुलवीर सिंह जीरा ਉਹਦਾ ਪਰਿਵਾਰ ਜ਼ਿੰਮੇਦਾਰ ਹੋਊਗਾ। ਤੁਸੀਂ ਵੀ ਆਏ ਹੋ ਤੁਸੀਂ ਤੁਹਾਡੇ ਕੀ ਇਲਜ਼ਾਮ ਨੇ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਡੇ ਇਲਜ਼ਾਮ ਇਹ ਹੈ ਜੀ ਜਿਹੜਾ ਕੁਲਵੀਰ ਸਿੰਘ ਜੀਰਾ ਇਲਜ਼ਾਮ ਕਰਦਾ ਉਹਨੇ ਨਾ ਮੇਰੇ ਅਤੇ ਟਰੈਵਲ ਏਜੰਟਾਂ ਦਾ ਲਿਆ ਹੋਇਆ ਉਹ ਆ ਦੂਜਾ ਮੇਰੇ 'ਤੇ ਪਰਚਾ ਦਰਜ ਕਰਾਇਆ 420 ਦਾ ਮੈਂ ਝੋਨੇ ਦੇ ਪੈਸੇ ਲੈਣੇ ਸੀ 14 ਲੱਖ ਰੁਪਈਆ ਅਤੇ 17 ਲੱਖ ਰੁਪਈਆ ਮੇਰੇ ਬੇਟੇ ਨੇ ਦਿੱਤਾ ਸੀ ਬਾਹਰ ਜਾਣ ਨੂੰ ਤਲਵੰਡੀ ਦੇ ਟਰੈਵਲ ਏਜੰਟ ਦਿਹਾਤੀ ਹਲਕੇ ਦੇ ਉਹ ਮੈਂ ਜੀਰੇ ਹਲਕੇ ਦਾ। ਉਸ ਤੋਂ ਬਾਅਦ ਅਸੀਂ ਇਹਦੇ ਕੋਲ ਮੈਂ ਤਬਾਦਲਾ ਵੀ ਕਰਦੇ ਰਹੇ ਇਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਸ ਤੋਂ ਬਾਅਦ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਜ਼ਹਿਰ ਪੀ ਲਈ। ਇੱਕ ਮਹੀਨਾ ਦੱਸ ਰਿਹਾ ਜੀ ਇਹਨੇ 18 ਤਰੀਕ ਨੂੰ ਫਿਰ ਮੇਰੇ 'ਤੇ ਦਬਾਅ ਪਾ ਕੇ ਵੀ ਉਹਨਾਂ ਟਰੈਵਲ ਏਜੰਟਾਂ ਨਾਲ ਰਿਹਾ ਕਰਕੇ ਅਤੇ ਮੇਰੇ ਬੇਟੇ 'ਤੇ ਫਿਰ 309 ਦਾ ਪਰਚਾ ਕਰਾਤਾ ਜੀ। 20 ਤਰੀਕ ਨੂੰ ਉਹਦੀ ਡੈਥ ਹੁੰਦੀ ਆ ਉਹਦੀ ਡੈਥ ਹੁੰਦੀ ਆ ਅਤੇ ਆ ਸੁਸਾਈਡ ਉਹ ਲਿਖ ਕੇ ਗਿਆ ਇਹ ਲਾਟਰੀ ਟੈਸਟ ਹੋ ਕੇ ਵੀ ਆ ਗਿਆ ਜੀ। ਅਸੀਂ ਜਿਹੜੇ ਪ੍ਰਸ਼ਾਸਨ ਕੋਲ ਜਾਂਦੇ ਹਾਂ ਜਿਹਦੇ ਕੋਲ ਵੀ ਜਾਂਦੇ ਉਹ ਕਹਿੰਦਾ ਵੀ ਜਾ ਕੇ MLA ਮਿਲੋ ਅਤੇ ਇਹ ਸਾਡਾ ਕੋਈ ਗੱਲ ਨਹੀਂ ਸੁਣ ਰਿਹਾ ਸਾਨੂੰ ਧਮਕਾ ਦਿੰਦਾ ਜਦੋਂ ਰਾਜੀਨਾਮਾ ਕਰੋ ਅਤੇ ਚਾਹੇ ਤੁਹਾਡੇ 'ਤੇ ਮੈਂ ਹੋਰ ਚਾਹੇ ਪਰਚਾ ਦਰਜ ਕਰਾਊਂਗਾ ਅਤੇ ਚਾਹੇ ਤੁਹਾਡਾ ਨੁਕਸਾਨ ਕਰੂੰਗਾ। ਉਹ ਟਰੈਵਲ ਏਜੰਟਾਂ ਨਾਲ ਜੀ ਕਿੱਥੋਂ ਦਾ ਟਰੈਵਲ ਏਜੰਟ? ਉਹ ਤਲਵੰਡੀ ਭਾਈ ਦੇ ਆ ਜੀ। ਕਿਹੜੇ MLA ਕੋਲ ਜਾਣ ਨੂੰ ਕਹਿੰਦੇ ਨੇ? ਇਹ ਕੁਲਵੀਰ ਸਿੰਘ ਜੀਰੇ ਕੋਲ ਜਾਂਦੇ ਹਾਂ ਅਸੀਂ ਜੋ ਪ੍ਰਸ਼ਾਸਨ ਕੋਲ ਕਿਤੇ ਕੋਈ ਜਾਈਏ ਉਹ ਕਹਿੰਦੇ ਵੀ ਮੈਂ MLA ਨਾਲ ਗੱਲ ਕਰ ਲਓ। ਕੀ ਕਿਹੜਾ MLA ਨਾਲ? ਕੁਲਵੀਰ ਸਿੰਘ ਜੀਰਾ ਟਰੈਵਲ ਏਜੰਟ। ਟਰੈਵਲ ਏਜੰਟ ਦਾ ਨਾਮ ਕੀ ਹੈ? ਟਰੈਵਲ ਏਜੰਟ ਦਵਿੰਦਰ ਸ਼ਰਮਾ ਜੀ, ਹੈਪੀ ਸ਼ਰਮਾ ਅਤੇ ਹਨੀ ਸ਼ਰਮਾ।